ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਤ ਬਹੁਤ ਮੀਂਹ ਪਿਆ, ਯਕੀਨ ਕਰੋ 2-2.5 ਘੰਟੇ ਐਂ ਚੰਗੇ ਲਾਏ ਆ। ਇੱਧਰ ਪਿੰਡ ਵਾਲੇ ਖੇਤਾਂ 'ਚ ਗੇੜਾ ਮਾਰਨ ਆਇਆ ਤਾ ਅਤੇ ਠੀਕ ਹੈ, ਇੱਧਰ ਜਿਹੜਾ ਪਾਣੀ ਓਵਰ ਤਾ ਉਹ ਸਾਰਾ ਦੂਜੇ ਖੇਤਾਂ 'ਚ ਚਲੀ ਗਿਆ, ਇੱਧਰ ਠੀਕ ਹੋ ਗਿਆ। ਹੁਣ ਵੀ ਵੈਸੇ ਬੱਦਲ ਘੁੰਮੇ ਰਿਹਾ ਅਤੇ ਹੁਣ ਚੱਲਦੇ ਉੱਧਰ ਦੂਜੇ ਖੇਤਾਂ 'ਚ, ਦੇਖਦੇ ਉੱਧਰ ਜਾਏ ਪਤਾ ਨਹੀਂ, ਬਟ ਟੁੱਟੀਆਂ ਹੋਣੇ ਰੱਬ ਜਾਣਦਾ ਹਾਲੇ। ਵੈਸੇ ਜਿਹੜੇ ਥੱਲੇ ਵਾਲੇ ਖੇਤਾਂ ਨੇ ਉਹਨਾਂ ਨੇ ਜੀਰੀ ਲਾ ਤੇ ਜੀ, ਉੱਥੇ ਹੁਣ ਉਹਨਾਂ ਦੀ ਮੈਨੂੰ ਲੱਗਦਾ ਵੀ ਜੀਰੀ ਡੁੱਬਦੀ ਹੋਣੀ ਹੈ। ਅਤੇ ਚੱਲਦੇ ਉੱਧਰ ਹੁਣ ਸਿੱਧਾ ਦੂਜੇ ਖੇਤਾਂ 'ਚ ਚੱਲਦੇ ਹਾਂ। ਹਾਲੇ ਬੱਦਲ ਥੋੜ੍ਹਾ ਥੋੜ੍ਹਾ ਬੋਲ ਰਿਹਾ, ਤੁਸੀਂ ਸੁਣਦੇ ਹੋਣੇ ਵਿੱਚ ਮੀਂਹ ਪੈ ਸਕਦਾ, ਨਹੀਂ ਤਾਂ ਹੁਣ ਅੱਜ ਜਾਂ ਰਾਤੀ ਮੀਂਹ ਨਾ ਪੈਂਦਾ ਤਾਂ ਇੱਥੇ ਮੋਟਰ ਚਲਾਉਣੀ ਸੀ, ਵੀ ਕਾਫੀ ਸੁੱਕ ਗਿਆ ਤਾ ਮੇਰਾ ਖੇਤ ਆ, ਜੇ ਪਾਣੀ ਬਹੁਤ ਥੱਲੇ ਡਾਊਨ ਆ ਗਿਆ ਸੀ ਕਿ 2-3 ਦਿਨ ਹੋ ਗਏ ਮੀਂਹ ਨਹੀਂ ਤਾਂ ਪਿਆ ਹੈਗਾ। ਅਤੇ ਰਾਤੀ ਤਾਂ ਰੱਬ ਨੇ ਸੋਹਣੀ ਝੜੀ ਲਾਈ ਹੈ ਚੰਗੀ, ਚੱਲਦਾ ਹੀ ਰਿਹਾ 2-2.5 ਘੰਟੇ ਲਗਾਤਾਰ ਪੈਂਦਾ ਰਿਹਾ। ਹਾਂਜੀ ਭਾਈ ਤੈਨੂੰ ਗੱਲ ਤਕਲੀਫ ਹੈ? ਹਾਂ ਇੱਕ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਜਿੱਦਾਂ ਉਹ ਨਾ ਕੋਈ ਇੱਦਾਂ ਕੌਂ ਬੋਲਦਾ ਉੱਪਰ, ਉਹ ਨਾ ਥੱਲੇ ਕੋਈ ਸੱਪ ਸੁੱਪ ਹੋ ਸਕਦਾ, ਕੀ ਕਹਿੰਦੇ ਕੌਂ ਦੀ ਨਿਗਾਹ ਬਹੁਤ ਤੇਜ਼ ਹੁੰਦੀ, ਕੋਈ ਨਾ ਕੋਈ ਇੱਥੇ ਸੱਪ ਸਲੂੰਡਾ ਹੋਊਗਾ ਇਹ ਜਿਹੜੇ ਕੌਂ ਬੋਲਦੇ ਆ। ਜਿਹੜੇ ਕਿਸਾਨ ਭਰਾ ਆਏ ਮੜੀ ਗੌਰ ਰੱਖੋ, ਜਦੋਂ ਕੌਂ 3-4 ਇਕੱਠੇ ਬੋਲਣ ਤਾਂ ਨਿਗਾਹ ਰੱਖੋ ਖੇਤਾਂ ਦੇ ਵਿੱਚ ਵੀ ਕੋਈ ਇੱਦਾਂ ਸੱਪ ਸਲੂੰਡਾ ਨਾ ਹੋਵੇ। ਚੱਲਦਾ ਹੁਣ ਦੂਜੇ ਖੇਤਾਂ 'ਚ, ਇੱਕ ਤਾਂ ਆਹ ਪਾਰ ਕਰਨਾ ਪੈਣਾ, ਕਈ ਵਾਰ ਕੋਈ ਮੋਟਰਸਾਈਕਲ ਵਾਲਾ ਆ ਜਾਂਦਾ, ਉਹ ਆ ਗਈ ਸਕੂਲ ਵਾਲੀ ਵੈਨ ਦੇ ਵਿੱਚ ਚੜ੍ਹ ਕੇ, ਅਤੇ ਆ ਪਾਰ ਕਰੂੰਗਾ ਹੁਣ ਮੈਂ। ਰਸਤੇ 'ਚ ਮੈਨੂੰ ਮੇਰੇ ਪਿੰਡ ਦੇ ਬੰਦੇ ਮਿਲੇ, ਮੈਂ ਕਿਹਾ ਬੱਲਾ ਬੱਲਾ ਰਾਤੀ ਬਹੁਤ ਮੀਂਹ ਪਿਆ, ਮੈਂ ਕਿਹਾ 2-2.5 ਘੰਟੇ ਮੀਂਹ ਪੈਂਦਾ ਰਿਹਾ। ਉਹਨੂੰ ਹੀ ਕਹਿੰਦੇ ਚੱਲਿਆ 2-2.5 ਘੰਟੇ ਕਿੱਥੇ ਮੀਂਹ ਪਿਆ, ਕਹਿੰਦੇ ਸਿਰਫ 1-1.5 ਘੰਟਾ ਮੀਂਹ ਪਿਆ। ਅਤੇ ਫਿਰ ਮੈਨੂੰ ਇੱਕ ਰਸਤੇ 'ਚ ਹੋਰ ਬੰਦਾ ਮਿਲਿਆ ਜਿਹਨੂੰ ਤੁਸੀਂ ਭਲੀ ਭਾਂਤੀ ਜਾਣਦੇ ਆ, ਮੀਂਹ ਬਹੁਤ ਪਿਆ ਜੀ। ਕਿੰਨੇ ਟਾਈਮ ਮੀਂਹ ਪੈਂਦਾ ਰਿਹਾ? ਮੈਂ ਤਾਂ ਸੁੱਤਾ ਪਿਆ, ਸਵੇਰੇ ਆ ਕੇ ਦੇਖਿਆ ਮੇਰੇ ਨਾਲ ਵੀ ਇੱਦਾਂ ਹੋਇਆ, ਜਾਂ ਮੇਰੀ ਅੱਖ 'ਚ ਖੁੱਲੇ ਕਰੇ ਮੀਂਹ ਪੈਂਦੇ ਦਾ ਪੈਂਦਾ, ਮੀਂਹ ਪੈਂਦੇ ਦਾ ਪੈਂਦਾ, ਇੱਧਰੋਂ ਨਿਕਲਦਾ ਉੱਧਰ ਨੂੰ ਜਾਂਦਾ ਹੈ। ਆਹ ਦੇਖੋ ਪਾਣੀ ਇੱਧਰ ਨਿਕਲ ਰਿਹਾ ਅਤੇ ਇੱਧਰ ਆਹ ਮੇਰੇ ਖੇਤ 'ਚ ਨੂੰ ਹੋ ਕੇ ਗਾਹਾਂ ਲੰਘ ਰਿਹਾ। ਅਤੇ ਹੁਣ ਮੈਂ ਆਹ ਬੱਟ ਦੇਖਦਾ ਵੀ ਸਹੀ ਆ, ਜਿਹੜਾ ਕੱਲ੍ਹ ਮੈਂ ਜਗਾੜ ਲਾ ਕੇ ਗਿਆ ਸੀ ਓਵਰਫਲੋ ਵਾਲਾ, ਵੀ ਉਹ ਕੰਮ ਸਹੀ ਕਰ ਰਿਹਾ? ਸਹੀ ਕਰ ਰਿਹਾ। ਅਤੇ ਸਿੰਗਰ ਸਾਹਿਬ ਤੁਸੀਂ ਪਹੁੰਚੋ ਉੱਧਰ ਨੂੰ ਮੋਟਰ ਪਰ ਨੂੰ, ਐਂ ਤੁਰ ਕੇ ਸੁੱਕੇ ਸੁੱਕੇ, ਅਤੇ ਮੈਂ ਉਹਨੂੰ ਚੱਪਲਾਂ ਖੋਲ੍ਹ ਕੇ ਆਹ ਬੱਟੋ ਬੱਟ ਆਉਂਦਾ ਮੈਂ। ਲਓ ਜੀ ਮੇਰਾ ਓਵਰਫਲੋ ਵਾਲਾ ਜੋ ਲਾਇਆ ਸੀ ਕੱਲ੍ਹ ਟੋਟਾ, ਇੱਥੇ ਸਹੀ ਕੰਮ ਕਰ ਰਿਹਾ। ਇੱਧਰ ਇਹਨਾਂ ਦੇ ਆਹ ਧਾਨ ਜੀਰੀ ਜੋ ਲਾਈ ਆ ਡੁੱਬ ਰਹੀ ਆ, ਮੇਰੇ ਹੀ ਭਰਿਆ ਖੜਾ ਐਨ ਡੱਕੋ ਡੱਕ। ਚਲੋ ਅੱਗੇ ਜਾ ਕੇ ਬੱਟ ਦੇਖਦੇ ਹਾਂ ਕੋਈ ਲੀਕਿੰਗ ਇਸਦੀ ਨਾ ਹੁੰਦੀ ਹੋਵੇ। ਆਹ ਥੋੜ੍ਹਾ ਜਿਹਾ ਲੀਕ ਹੋ ਰਿਹਾ ਅਤੇ ਇੱਥੇ ਹੁਣ ਥੋੜ੍ਹੀ ਜਿਹੀ ਮਿੱਟੀ ਲਵਾਂ ਕਹੀ ਲਿਆ ਕੇ, ਅੱਗੇ ਦੇਖਦੇ ਹਾਂ। ਦੇਖੋ ਇੱਕ ਸਾਈਡ 'ਤੇ ਚੱਕੇ ਦਿੱਤਾ ਇੱਧਰ, ਚੱਲ ਹੁਣ ਪਾਣੀ ਉਤਰੂਗਾ ਤਾਂ ਕਰਦਾ ਕੋਈ ਨਾ ਕੋਈ ਜੁਗਾੜ ਫਿਰ ਦੁਆਰੇ। ਕਹਿੰਦਾ ਹੁਣ ਮੈਂ ਗਾਉਣਾ ਛੱਡਤਾ, ਮੈਂ ਚੱਲ ਠੀਕ ਆ, ਆਹ ਜਿਹੜੀ ਮੌਸਮ ਹੈ ਕੱਚੀ ਮੌਸਮ ਹੈ, ਇਹਦੇ ਵਿੱਚ ਤੇਰਾ ਗਲਾ ਖਰਾਬ ਹੋ ਸਕਦਾ, ਠੀਕ ਹੈ। ਅਤੇ ਦੂਜੀ ਗੱਲ ਕਰ ਰਿਹਾ ਸੀ, ਕਹਿੰਦਾ ਹੁਣ ਮੈਂ ਰੱਬ ਨੂੰ ਵੀ ਮੰਨਣਾ ਛੱਡਤਾ, ਬਥੇਰਾ ਕਹਿੰਦਾ ਵੀ 5-5 ਜੋਤਾਂ ਲਾ ਕੇ ਦੇਖਦੀਆਂ ਕੁਛ ਨਹੀਂ ਬਣਦਾ ਹੈਗਾ, ਮੱਥੇ ਟੇਟ ਕੇ ਰੱਬ ਕਹਿੰਦਾ ਮੈਨੂੰ ਵੀ ਦੁਖੀ ਕਰੀ ਜਾਂਦਾ, ਕਹਿੰਦਾ ਮੈਂ ਇਹਨੂੰ ਦੁਖੀ ਕਰਾਂ ਤਾਂ ਹਟੂਗਾ, ਮੈਂ ਕਿਹਾ ਮਾੜਾ ਜਿਹਾ ਮੈਂ ਪਿੱਛੇ ਹਟ ਜਾਵਾਂ ਬਾਅਦ 'ਚ ਲੱਗਾਂਗੇ ਮੰਨਣ। ਦੇਖ ਸਿੰਗਰ ਇੱਦਾਂ ਨਹੀਂ ਹੁੰਦਾ ਹੈਗਾ, ਦੇਖੋ ਪਾਠ ਪੂਜਾ ਆਪਣੀ ਜਗ੍ਹਾ, ਦੇਖੋ ਮਨ ਨੂੰ ਸ਼ਾਂਤੀ ਕਰਨੀ ਇੱਕ ਜਗ੍ਹਾ, ਜਿਹੜੀ ਪੈਸੇ ਦਾ ਕੰਮ ਕਰਕੇ ਉਹ ਮਿਲਣੇ ਆ ਯਾਰ, ਬਹੁਤ ਕਰਕੇ ਤਾਂ ਪੈਸੇ ਨਹੀਂ ਨਾ ਮਿਲਦੇ ਲੋਕਾਂ। ਨਹੀਂ 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 ਮੈਂ ਤੁਹਾਨੂੰ ਦੱਸ ਦਿੰਦਾ, ਵੈਸੇ ਮੈਨੂੰ ਕੋਈ ਵੀ ਸਮਝਾਉਂਦਾ ਹੁੰਦਾ ਕਿ ਘਰਾਂ ਬੈਠਾ ਪਾਠ ਪੂਜਾ ਕਰੀ ਆ, ਉਹ ਤਾਂ ਕਰੀ ਚੱਲ ਠੀਕ ਆ, ਉਹ ਤੇਰੇ ਆਪਣੀ ਜਦੋਂ ਮਨ ਉਹ ਤੇਰੇ ਨਾਲ ਜਾਣਾ ਤੁਰਦਾ ਫਿਰਦਾ ਕਰੀਦਾ, ਜਿਹੜੀ ਉਹ ਨਹੀਂ ਚੀਜ਼ ਛੱਡਦੀ, ਪੈਸੇ ਮਿਲਣੇ ਉਹ ਕੰਮ ਕਰਕੇ ਹੀ ਮਿਲਣੇ ਆ, ਹਾਂ ਉਹ ਤੁਹਾਨੂੰ ਅਗਰ ਰੱਬ ਨੇ ਨਹੀਂ ਦੇਣੇ ਹੈਗੇ, ਜੇ ਤੂੰ ਮਿਹਨਤ ਕਰੂੰਗਾ ਤਾਂ ਤੇਰੇ ਕੋਲ 4 ਪੈਸੇ ਆਉਣਗੇ, ਮਿਹਨਤ ਵਾਲੇ ਵੀ ਨਹੀਂ ਮਿਲਦੇ, ਇਹਨਾਂ ਦੇ ਲੈਣੇ ਉਹ ਵੀ ਨਹੀਂ ਦੇ ਰਹੇ, ਕੋਈ ਠੇਕੇ ਵਿਖੇ ਲੈਂਦਾ ਉਹ ਨਹੀਂ ਦੇ ਰਿਹਾ ਪੈਸੇ ਵਾਲੇ, ਉਹ ਕਹਿੰਦਾ ਬਾਈ ਦਊਂਗਾ, ਹੁਣ ਜਿਹੜਾ ਕੰਮ ਕਰਿਆ ਉਹ ਕਹਿੰਦਾ ਦਊਂਗਾ, ਲੇਬਰ ਵਾਲਾ ਖੁਦ ਮੈਂ ਆਪਣੇ ਕੋਲ ਤੇ ਪੈਸੇ ਦਿੱਤੇ ਹੋਏ ਆ, ਉਹ ਨਹੀਂ ਹੈਗੀ। ਮੈਨੂੰ ਰਾਤ ਤੇ ਬੜਾ ਵਧੀਆ ਸਮਝਾਉਣ ਲੱਗਾ, ਕਹਿੰਦਾ ਮੈਂ ਛੱਡਤਾ, ਕਹਿੰਦਾ ਕੋਈ ਨਹੀਂ ਸੁਣਦਾ, ਕਹਿੰਦਾ ਰੱਬ ਰੱਬ, ਕਹਿੰਦਾ ਕਿਸੇ ਦੇ ਨਹੀਂ ਸੁਣਦਾ ਹੈਗਾ। ਇੱਦਾਂ ਦੀ ਗੱਲ ਨਹੀਂ, ਮੈਂ ਕਹਿੰਦਾ ਮੈਂ ਤੈਨੂੰ ਸਮਝਾਉਣ ਦਾ ਤਰੀਕਾ, ਰੱਬ ਕਹਿੰਦਾ ਵੀ ਮੈਂ ਬੜਾ ਦੁਖੀ ਹੋ ਗਿਆ, ਕਹਿੰਦਾ ਤੂੰ ਮੱਠੇ ਟੇਕ ਕੇ ਕਹਿੰਦਾ ਮੈਨੂੰ ਵੀ ਤੰਗ ਕਰਿਆ ਵਾ, ਹੁਣ ਕਹਿੰਦਾ ਮੈਂ ਤੈਨੂੰ ਤੰਗ ਕਰਿਆ, ਕਹਿੰਦਾ ਤਾਂ ਹੀ ਥੋੜ੍ਹਾ ਕੁ ਪਿੱਛੇ ਹਟੂੰਗਾ ਤੂੰ। ਮੈਨੂੰ ਹੁਣ ਲੱਗਦਾ ਨਿੰਮੇ ਕੋਲ ਜਾਣਾ ਪੈਣਾ, ਇਹ ਸੜ ਬੱਦਲ ਬਹੁਤ ਜ਼ਿਆਦਾ ਬਣ ਗਿਆ, ਫਿਰ ਦੌਰੇ ਨਹੀਂ ਆਊਗਾ ਯਾਰ, ਲੱਗਦਾ ਨਿੰਮੇ ਦੀ ਰੱਬ ਬਹੁਤ ਸੁਣਦਾ, ਨਿੰਮੇ ਨੂੰ ਕਹਿੰਦਾ ਵੀ ਹੁਣ ਮੀਂਹ ਬਹੁਤ ਪੈ ਲਿਆ, ਬਸ ਕਰ ਬਸ ਕਰ, ਅੱਧਾ ਝੱਟ ਵੀ ਚੰਗੀ ਲਾਈ ਹੈ ਨਾ, ਉਹ ਵੀ ਰਾਤ ਨੂੰ ਦੱਬ ਲਏ ਪਤਾ ਵੀ ਲੱਗਿਆ ਜੀ, ਪਤਾ ਵੀ ਨਹੀਂ ਲੱਗਿਆ ਹੈਗਾ, ਹੁਣ ਵੀ ਆ ਰਿਹਾ ਉਹਦੇ, ਆ ਰਿਹਾ ਹੁਣ ਕਿਆ ਕਰੇ ਯਾਰ, ਇਹ ਸਾਡਾ ਤਾਂ ਮੀਂਹ ਪੱਕਾ ਪੈਂਦਾ, ਐਂ ਕਰਦੇ ਤਰਪਾਲ ਲਿਆ ਕੇ ਖੜੀ ਕਰ ਦਿੰਦੇ ਨੂੰ, ਉੱਧਰ ਹੀ ਰਹੂੰਗਾ ਤਰਪਾਲ, ਬੱਲੇ ਤੇਰੀ ਸੋਚ ਦੇ ਇੱਦਾਂ ਤਰਪਾਲ ਸਾਰਾ ਦੇਂਗੇ ਤੇਰੀ ਠੋਕ ਕੇ,
ਤਰਪਾਲ ਖੜੀ ਕਰਨੀ ਪੈਣੀ ਇਧਰ ਬਾਈ ਤਾਂ ਹੀ ਅਡੂਗਾ ਰੱਬ ਨੂੰ ਬੜੀ ਪਤਾ ਹੀ ਪਤਾ ਲੱਗੂ ਯਾਰ ਚੱਲ ਚੱਲੀ ਯਾਰ ਚੱਲ ਫਿਰ ਮੀਂਹ ਆ ਜਾਣਾ ਤਾਂ ਭੇਜ ਜਾਣਾ ਆਪਾਂ ਚੱਲੇ ਕਾਨੂੰ ਬਾਈ ਇਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈਗਾ ਇਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਮੇਰੇ ਘਰ ਪਹੁੰਚਦੇ ਤੱਕ ਮੈਨੂੰ ਲੱਗਦਾ ਵੀ ਮੀਂਹ ਆਜੂਗਾ ਲੱਗਦਾ ਬੱਦਲ ਜਿਹਾ ਸਾਰਾ ਲੰਘ ਚੱਲਿਆ ਵੈਸੇ ਹਾਲੇ ਥੋੜ੍ਹੀ ਜਿਹੀ ਮੱਛਰ ਮੀਂਹ 'ਚ ਪੈਣਾ ਸਟਾਰਟ ਹੋ ਚੁੱਕਿਆ ਅਤੇ ਪਾਣੀ 'ਚੋਂ ਲੰਘਦਾ ਉੱਧਰ ਘਰ ਕੋਲ ਪਹੁੰਚ ਜਾਣਾ ਇਹਨੂੰ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਵੀ ਜਿਹੜੀ ਆਹ ਕੱਚੀ ਮੌਸਮ ਹੈ ਜਦੋਂ ਬਰਸਾਤਾਂ ਪੈਂਦੀਆਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬੂਟੇ ਲਾ ਸਕਦੇ ਆ ਹੁਣ ਮੈਂ ਨਿਕਲ ਚੱਲਿਆ ਹੁਣ ਆ ਜਾ ਹੁਣ ਮੈਂ ਲੰਘ ਚੱਲਿਆ ਹੁਣ ਆ ਜਾ ਪਿੱਛੇ 'ਤੇ ਮੈਂ ਕੱਦਾਂ ਡੀਕ ਕੇ ਨਿਕਲਿਆ ਮੈਂ ਪਹਿਲਾਂ ਪਿੱਛੇ ਖੜਾ ਰਿਹਾ ਮੈਂ ਕੋਈ ਆਊਗਾ ਤਾਂ ਮੈਂ ਪਾਰ ਹੋ ਜੂੰਗਾ ਮੈਂ ਆਇਆ ਨਹੀਂ ਹੈਗਾ ਹਾਂ ਜਿਹੜੀ ਗੱਲ ਕਰਦੇ ਸੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਨਾ ਇਹਨਾਂ ਦਿਨਾਂ ਦੇ ਵਿੱਚ ਬੂਟੇ ਲਾ ਸਕਦੇ ਹੋ ਉਹ ਫਿਰ ਹੋਇਆ ਹੁੰਦੇ ਹਰੇ ਹੋਇਆ ਹੁੰਦੇ ਆ ਕਈ ਵਾਰ ਮੌਸਮ ਹੀ ਹੁੰਦਾ ਜਿਹੜਾ ਇਹਨਾਂ ਦਿਨਾਂ ਜਿੰਨਾ ਤੁਸੀਂ ਲਾਓਗੇ ਵੱਧ ਤੋਂ ਵੱਧ ਬੂਟੇ ਲਾਓਗੇ ਤਾਂ ਉਹ ਹਰੇ ਹੋਇਆ ਹੁੰਦੇ ਇੱਕ ਤਾਂ ਮੌਸਮ ਵਧੀਆ ਹੁੰਦਾ ਨਹੀਂ ਧੁੱਪਾਂ ਨਹੀਂ ਨਿਕਲਦੀ ਹੈਗੀ ਕਈ ਵਾਰ ਧੁੱਪਾਂ ਤੇਜ਼ ਨਿਕਲ ਆਉਂਦੀ ਹੈ ਅਤੇ ਬੂਟਾ ਸੁੱਕ ਜਾਂਦਾ ਇਹਨਾਂ ਦਿਨ 'ਚ ਮੀਂਹ ਪਈ ਜਾਂਦੇ ਆ ਚਾਰੇ ਪਾਸੇ ਵੀ ਧਰਤੀ 'ਚ ਕਿਆ ਕਹਿੰਦੇ ਸੇਮ ਬਹੁਤ ਹੁੰਦੀ ਹੈ ਲੈ ਫਿਰ ਥੋੜ੍ਹਾ ਥੋੜ੍ਹਾ ਸਟਾਰਟ ਹੋ ਗਿਆ ਅਤੇ ਨਿਕਲਣਾ ਘਰ ਨੂੰ ਵੱਧ ਤੋਂ ਵੱਧ ਦਰਖਤ ਲਗਾਓ ਹਰਾ ਭਰਿਆ ਜਿਹਨਾਂ ਸਵੇਰ ਦੀ ਇੰਨੀ ਵਧੀਆ ਕਿਆ ਕਹਿੰਦੇ ਪੋਲਿਊਸ਼ਨ ਰਹਿਤ ਆਕਸੀਜਨ ਬਹੁਤ ਵਧੀਆ ਖੇਤਾਂ 'ਚ ਨਹੀਂ ਗੇੜਾ ਮਾਰ ਕੇ ਲੰਬੇ ਲੰਬੇ ਸਾਹ ਲਿੱਤੇ ਸ਼ੁੱਧ ਹਵਾ ਅੰਦਰ ਜਾਵੇ ਬਾਹਰ ਆਵੇ ਬਹੁਤ ਵਧੀਆ ਹਰਿਆ ਭਰਿਆ ਚਾਰੇ ਪਾਸੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਹੁਣ ਬਸ ਕਰੋ ਬਹੁਤ ਮੀਂਹ ਪੈ ਲਿਆ ਹੁਣ ਤਾਂ ਕਰੋ ਕੋਈ ਲਾਓ ਕੋਈ ਵੀ ਮੀਂਹ ਹਟ ਜਾਵੇ ਜ਼ੋਰ ਨਾਲ ਮੀਂਹ ਪਿਆ ਪਾਣੀ ਨੱਕੇ ਤੋੜੇ ਪਏ ਇੱਧਰ ਕੱਖ ਵੱਢਣ ਚੱਲੇ ਹੁਣ ਮੌਸਮ ਦਾ ਵੈਸੇ ਮੀਂਹ ਤਾਂ ਪੈ ਰਿਹਾ ਹੁਣ ਚੰਗਾ ਠੀਕ ਆ ਬਾਈ ਰਹਿ ਗਏ ਫਿਰ ਔਖਾ ਹੋ ਜਾਣਾ ਹਾਂ ਇਹ ਤਾਂ ਹੈ ਲਓ ਜੀ ਸਾਹਮਣੇ ਨਿਰਮਲ ਬਾਈ ਆ ਰਿਹਾ ਕੀ ਹਾਲ ਹੈ ਨਿਮੇ ਥੋੜ੍ਹਾ ਜਿਹਾ ਕੈਮਰਾ ਦਾ ਜ਼ੂਮ ਜ਼ਿਆਦਾ ਹੋਇਆ ਹੋਇਆ ਅਤੇ ਬਾਈ ਹੁਣ ਮੀਂਹ ਬਹੁਤ ਪੈ ਗਿਆ ਤੇਰੀ ਰੱਬ ਬਹੁਤ ਨੇੜੇ ਹੋ ਗਿਆ ਸੁਣਦਾ ਬਾਈ ਮੈਂ ਤਾਂ ਕਿਹਾ ਵੀ ਅੱਜ ਨਾ ਪਾਈ ਹਾਂ ਹੋਰ ਹੁਣ ਸੁਣਦਾ ਨਹੀਂ ਹੁਣ ਨਹੀਂ ਸੁਣਦਾ ਹੁਣ ਲੱਗਦਾ ਢੀਠ ਹੋ ਗਿਆ ਕਹਿੰਦੇ ਯਾਰ ਮਾੜਾ ਜਿਹਾ ਇੰਨੇ ਦਿਨ ਹੋ ਗਏ ਕਹਿੰਦੇ ਮੈਂ ਬਠਿੰਡੇ ਸਾਡੇ ਇੰਨਾ ਮੀਂਹ ਭੇਜਤਾ ਲੋਕ ਕਹਿੰਦੇ ਬੈਂਟ ਸਜਾਈ ਜਾਂਦੇ ਕਹਿੰਦੇ ਨਿੰਮੇ ਨੂੰ ਕਹਿੰਦੇ ਹੁਣ ਬੱਸ ਕਰੇ ਬਹੁਤ ਹੜ ਆ ਗਿਆ ਉੱਧਰ ਇੱਕ ਹੋਰ ਪਾਸੇ ਕਿੱਧਰ ਗਿਆ ਤਾਂ ਹੁਸ਼ਿਆਰਪੁਰ ਵਾਲੀ ਸਾਈਡ ਉੱਧਰ ਵੀ ਮੀਂਹ ਪੈਣ ਲੱਗ ਗਿਆ ਹੁਣ ਇੱਧਰ ਫੇਰ ਤਾਂ ਮੈਨੂੰ ਲੱਗਦਾ ਮੰਗਾ ਲਿਆ ਨਹੀਂ ਹੁਣ ਨਹੀਂ ਇਹ ਤਾਂ ਦੋੜਾ ਚਿਰੇ ਪੈਣਾ ਹੈ ਇਹ ਬੱਦਲ ਜਿਹਾ ਘੁੰਮਦਾ ਫਿਰਦਾ ਥੋੜ੍ਹੇ ਮੱਛਰ ਵੀ ਜਿਹਾ ਥੋੜ੍ਹਾ ਸਟਾਰਟ ਹੋ ਚੁੱਕਿਆ ਤੇ ਹੁਣ ਕਿੱਧਰ ਜਿੰਨੇ ਚਾਚੇ ਦਾ ਦਿਨ ਆਇਆ ਜਾਮਣ ਜੀ ਦੇ ਅੱਛਾ ਜਾਮਣਾ ਦੇਣਾ ਆ ਇਹਦਾ ਪੂਰਾ ਖਿਆਲ ਰੱਖਣਾ ਮੈਂ ਕੀ ਕਰ ਲੀਆਂ ਹੁਣ ਕਿੰਨੇ ਕੁਛ ਨਹੀਂ ਕਰ ਲੀਆਂ 300 ਕਰਤੀ 300 ਬੂਟਾ ਲਾ ਦੇਣਾ 300 ਬੂਟਾ ਕਰ ਦੇਣਾ ਕਰ ਦੇਣਾ ਬਈ ਜਿਹਨੇ ਲੋੜ ਆ ਬਈ ਲੈ ਜਿਓ ਹਾਂ ਲੈ ਜਿਓ ਕਿਤੇ ਆਏ ਨਾ ਉਹ ਵੀ ਸਾਡੇ ਉਰੇ ਇੱਕ ਦੋ ਜੰਮਿਆ ਵੇ ਨਾ ਨਾ ਕਰਾਂਗੇ ਆਪਾਂ ਨੂੰ ਲਾ ਦੇਣੇ ਯਾਰ ਹਾਂ ਮੈਂ ਤਾਂ ਪਹਿਲਾਂ ਕਹਿ ਕੇ ਹਟਾਂ ਵੀ ਆ ਕੱਚੀ ਮੌਸਮ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬੂਟੇ ਆਪਾਂ ਲਾਉਂਦੇ ਨੇ ਉਹ ਹਰੇ ਹੋ ਜਾਂਦੇ ਹਾਂ ਹੁਣ ਹਰੇ ਹੋ ਜਾਣੇ ਜੇ ਪੱਟ ਕੇ ਦੂਜੀ ਜਗ੍ਹਾ ਵੀ ਲਾਉਂਗੇ ਤਾਂ ਵੀ ਹਰੇ ਹੋ ਜਾਂਦੇ ਹਾਂ ਹਰੇ ਹੋ ਜਾਂਦੇ ਆ ਜਾਮਣਾ ਦੇ ਬਾਈ ਇਹ ਵੀ ਆਪਣੇ ਚਾਚੇ ਦਾ ਪੂਰਾ ਖਿਆਲ ਰੱਖਦੇ ਚਾਚੇ ਦਾ ਘਰ ਇਹਦਾ ਚਾਚੇ ਨੂੰ ਜਾਮਣਾ ਦੇਣਾ ਆ ਮੈਡਮ ਜੀ ਆਪਣੇ ਘਰ ਦੇ ਕੰਮ ਕਰਨ ਲੱਗੀ ਹੋਈ ਸੀ ਮੈਨੂੰ ਲੱਗੀ ਹੋਈ ਸੀ ਭੁੱਖ ਮੈਂ ਕਿਹਾ ਮੈਂ ਰੋਟੀ ਮੈਂ ਆਪੇ ਬਣਾ ਲੈਂਦਾ ਫਿਰ ਅਤੇ ਆਹ ਪੈ ਗਈ ਰੋਟੀ ਅਤੇ ਦੂਜੀ ਬੇਲੜੀ ਹੈ ਦੋ ਰੋਟੀਆਂ ਥੋੜ੍ਹੀਆਂ ਮੋਟੀਆਂ ਮੋਟੀਆਂ ਦੇਸੀ ਘੀ ਲਾਊਂਗਾ ਇਹਨਾਂ ਨੂੰ ਨਾਲ ਲਾਊਂਗਾ ਚਟਣੀ ਦਿਖਾਉਂਦਾ ਤੁਹਾਨੂੰ ਮੈਂ ਲਓ ਜੀ ਦੋ ਪਰੌਂਠੇ ਇਹ ਹੁਣ ਚੱਕਲਾ ਫੋਕਸ ਇਹ ਹੁਣ ਖਾਵਾਂਗੇ ਅਤੇ ਫਿਰ ਦੇਖਾਂਗੇ ਹੁਣ ਜੇ ਮੀਂਹ ਹਟ ਗਿਆ ਤਾਂ ਫਿਰ ਖੇਤਾਂ ਵੱਲ ਜਾਵਾਂਗੇ
ਕਦੇ ਕਦੇ ਹਫ਼ਤੇ 'ਚ ਨਹੀਂ ਕਦੇ ਵਾਰੀ ਇੱਦਾਂ ਦੇਸੀ ਘੀ ਨਾਲ ਪਰੌਂਠੇ ਖਾ ਲਿਆ ਕਰੋ। ਅੰਦਰ ਨਰਮਾਈ ਰਹਿੰਦੀ ਸਰੀਰ ਦੇ ਅੰਦਰ, ਹੱਡੀਆਂ ਵਾਸਤੇ ਵਧੀਆ ਹੁੰਦਾ। ਅੱਜ ਕੱਲ੍ਹ ਤਾਂ ਲੋਕ ਖਾਂਦੇ ਨਹੀਂ ਹੈਗੇ, ਕਹਿੰਦੇ ਫੈਟ ਬਹੁਤ ਹੈ, ਮੋਟੇ ਹੋ ਜਾਵਾਂਗੇ, ਇਹ ਹੋ ਜਾਵਾਂਗੇ, ਬੜੀਆਂ ਚੀਜ਼ਾਂ। ਜੇ ਤੁਸੀਂ ਇੱਦਾਂ ਦੇ ਪਰੌਂਠੇ ਖਾਣੇ ਹੈ ਤਾਂ 2-2.5 ਕਿਲੋਮੀਟਰ ਤੁਰੇ ਵੀ ਕਰੋ, ਇਹ ਨਾ ਵੀ ਖਾ ਕੇ ਅੰਦਰ ਬੈੱਡ ਪਰ ਲੇਟੀ ਜਾਓ, ਇਹ ਵੀ ਨਾਲ ਖਿਆਲ ਰੱਖੇ ਕਰੋ। ਜੇ ਖਾਧਾ ਤਾਂ ਉਹਨੂੰ ਆਪਣੇ ਜੋ ਕੈਲਰੀ ਅੰਦਰ ਲੱਤੀ ਉਹਨੂੰ ਬਰਨ ਵੀ ਕਰੋ। ਹਾਂ, ਇੱਕ ਹੋਰ, 2 ਪਰੌਂਠੇ ਮੈਂ ਆਪਣੇ ਜੋਗੇ ਲਾ ਲਏ ਸੀ, 2 ਪਰੌਂਠੇ ਮੈਡਮ ਜੋਗੇ ਲਾ ਕੇ ਰੱਖਤੇ। ਮੈਂ ਕਿਹਾ ਜਦ ਤੂੰ ਆਪਣਾ ਕੰਮ ਨਿਬੇੜੀ ਤੂੰ ਭਾਈ ਖਾ ਲਈ, ਮੇਰਾ ਕੱਸ ਗਿਆ।